ਹਾਂਜੀ ਵੀਰੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਂ ਰਣਧੀਰ ਸਿੰਘ ਹੈ, ਮੈਂ ਹਰਿਆਣੇ ਦਾ ਰਹਿਣ ਵਾਲਾ ਹਾਂ। ਜ਼ਿਲ੍ਹਾ ਸਰਸਾ, ਪਿੰਡ ਮੇਰਾ ਸੰਤ ਨਗਰ ਹੈ ਜੀ। ਮੌਕੇ 'ਤੇ ਮੈਂ ਆਸਟ੍ਰੇਲੀਆ ਮੈਲਬਨ ਦੇ ਵਿੱਚ ਰਹਿੰਦਾ ਪਿਆ। ਮੈਨੂੰ ਇੱਥੇ ਆਏ ਨੂੰ 5 ਸਾਲ ਹੋ ਗਏ ਆ ਵੀਰੇ। ਗੱਲ ਇੱਦਾਂ ਹੈ ਵੀ ਮੇਰੇ ਫਾਦਰ ਸਾਹਿਬ ਸਰਦਾਰ ਸੁਰਿੰਦਰ ਸਿੰਘ ਇਸ ਟਾਈਮ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹਨ। ਉੱਥੇ 10 ਸਾਲ ਦੀ ਸਜ਼ਾ ਕੱਟਦੇ ਪਏ ਨੇ NDPS ਕੇਸ ਦੇ ਵਿੱਚ। ਉਹਨਾਂ ਦੀ ਸਜ਼ਾ, ਉਹਨਾਂ ਨੇ 8 ਸਾਲ ਦੇ ਕਰੀਬ ਸਜ਼ਾ ਆਪਣੀ, 8.5 ਸਾਲ ਤੋਂ ਉੱਤੇ ਦੀ ਸਜ਼ਾ ਬਠਿੰਡੇ ਕੱਟੀ ਹੈ। ਅਤੇ ਉੱਥੋਂ ਬਾਅਦ ਉਹਨਾਂ ਨੂੰ 6 ਅਪ੍ਰੈਲ ਨੂੰ ਉਹਨਾਂ ਨੂੰ ਨਾਭਾ ਹਾਈ ਸਕਿਉਰਿਟੀ ਜੇਲ੍ਹ ਟ੍ਰਾਂਸਫਰ ਕਰਤਾ। ਉੱਥੇ ਟ੍ਰਾਂਸਫਰ ਕਰਨ ਤੋਂ ਬਾਅਦ ਉਹਨਾਂ ਨੂੰ ਬਹਾਦਰ ਖਾਂ ਨਾਮ ਦਾ ਅੰਦਰ ਗੈਂਗਸਟਰ ਮਿਲਿਆ। ਉਹਨੇ ਕਿਹਾ ਵੀ ਆ ਕੇ ਡਰਾਇਆ ਧਮਕਾਇਆ ਵੀ ਜੇ ਤੂੰ ਇੱਥੇ ਰਹਿਣਾ ਜਾਂ ਜੇ ਤੂੰ ਆਪਣੀ ਸਲਾਮਤੀ ਚਾਹੁੰਦਾ ਤਾਂ ਇੱਥੇ ਰਹਿਣ ਦਾ ਤੈਨੂੰ ਸਾਨੂੰ ਪੈਸੇ ਦੇਣੇ ਪੈਣੇ ਆ। ਹਰ ਪਤਾ ਨਹੀਂ ਕੋਈ ਪੈਸਿਆਂ ਦੀ ਡਿਮਾਂਡ ਰੱਖੀ ਨਾ ਵੀ 1 ਲੱਖ ਰੁਪਈਆ ਦੇਣਾ ਪੈਣਾ। ਅਤੇ ਸਾਡੇ ਘਰ ਬੰਦਾ ਕੰਮ ਕਰਦਾ ਕੁਲਦੀਪ ਸਿੰਘ, ਉਹ 1 ਲੱਖ ਰੁਪਈਆ ਉੱਥੇ ਜਾ ਕੇ ਦੇ ਕੇ ਆਇਆ। ਉਸ ਤੋਂ ਬਾਅਦ ਕਈ ਕੁਛ ਹੋਇਆ, ਮੇਰੇ ਫਾਦਰ ਦੇ ਨਾਲ ਕੁੱਟਮਾਰ ਵੀ ਕੀਤੀ ਗਈ, ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹਨਾਂ ਦਾ ਕੋਈ ਮੈਡੀਕਲ ਨਹੀਂ ਹੋਇਆ। ਮੈਂ ਇੰਡੀਆ ਗਿਆ, ਮੈਨੂੰ ਕੁਲਦੀਪ ਨੇ ਸਾਰੀ ਗੱਲ ਸਮਝਾਈ ਵੀ ਇੱਦਾਂ ਇੱਦਾਂ ਭਰਾ ਹੋਇਆ, ਉਹ ਸਾਡੇ ਘਰ ਕੰਮ ਕਰਦਾ। ਅਸੀਂ ਥਾਣਾ ਕੋਤਵਾਲੀ ਨਾਭਾ ਜਾ ਕੇ ਰਿਪੋਰਟ ਕੀਤੀ, ਕੋਈ ਉੱਥੇ ਗੱਲਬਾਤ ਨਹੀਂ ਹੋਈ। ਅਤੇ ਉਲਟਾ ਪੁਲਿਸ ਵਾਲਿਆਂ ਨੇ ਸਾਨੂੰ ਹੀ ਸਾਡੇ 'ਤੇ 482 ਲੋਨ ਦਾ ਸਾਨੂੰ ਡਰਾਵਾ ਦਿੱਤਾ। ਅਤੇ ਬਾਈ ਜੀ, ਪਿਛਲੇ ਮਹੀਨੇ ਦੀ 24 ਤਰੀਕ ਨੂੰ ਮੇਰੇ ਫਾਦਰ ਸਾਹਿਬ ਨੂੰ ਹਸਪਤਾਲ ਦੇ ਵਿੱਚ ਬਿਮਾਰ ਪਿਆ ਨੂੰ, ਜੇਲ੍ਹ ਦੇ ਵਿੱਚ ਜਿਹੜਾ ਹਸਪਤਾਲ ਹੁੰਦਾ ਉਹਦੇ ਵਿੱਚ ਬਿਮਾਰ ਪਿਆ ਨੂੰ ਧੱਕੇ ਨਾਲ ਚੱਕ ਕੇ ਪਟਿਆਲਾ ਸ਼ਿਫਟ ਕਰਤਾ। ਜਿੱਦਣ ਪਟਿਆਲੇ ਸ਼ਿਫਟ ਕੀਤਾ ਉੱਦਣ ਨਾਭੇ ਵਾਲਿਆਂ ਨੇ ਉਹਨਾਂ ਦੀ ਕੁੱਟਮਾਰ ਕਰਵਾਈ ਵੀ ਇਹ ਬੰਦਾ ਸਾਡੇ ਕਹਿਣੇ ਤੋਂ ਬਾਹਰ ਹੈ, ਇਹ ਸਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਕਰਦਾ, ਸਾਡੇ ਤੋਂ ਪੈਸੇ ਮੰਗਦਾ। ਹੁਣ ਮੇਰੇ ਫਾਦਰ ਸਾਹਿਬ ਨੂੰ ਫਿਰ ਡਰਾਵੇ ਦਿੱਤੇ ਜਾ ਰਹੇ ਆ ਵੀ ਤੇਰੇ 'ਤੇ ਕੇਸ ਪਾ ਦਾਂਗੇ, ਤੇਰੇ 'ਤੇ ਇੰਝ ਕਰ ਦਾਂਗੇ, ਤੈਨੂੰ ਮਰਵਾ ਦਿਆਂਗੇ, ਤੈਨੂੰ ਗਾਇਬ ਕਰਵਾ ਦਿਆਂਗੇ। ਅਤੇ ਉਹ ਕਹਿਣ ਦਾ ਮਤਲਬ ਇਹ ਆ ਵੀ ਮੇਰੇ ਫਾਦਰ ਸਾਹਿਬ ਇਸ ਟਾਈਮ ਭੁੱਖ ਹੜਤਾਲ 'ਤੇ ਬੈਠੇ ਆ ਪਟਿਆਲੇ ਜੇਲ੍ਹ ਦੇ ਵਿੱਚ। ਉਹ ਪਟਿਆਲੇ ਜੇਲ੍ਹ ਪ੍ਰਸ਼ਾਸਨ, ਮੁੱਖ ਮੰਤਰੀ, ਪੰਜਾਬ ਇਹ ਗੱਲ ਦੇ ਜ਼ਿੰਮੇਵਾਰ ਹੋਣਗੇ ਜੇ ਮੇਰੇ ਫਾਦਰ ਸਾਹਿਬ ਨੂੰ ਕੁਛ ਵੀ ਹੋ ਜਾਂਦਾ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜੇਲ੍ਹਾਂ ਦੇ ਬਾਹਰ ਲਿਖਿਆ ਹੁੰਦਾ ਸੁਧਾਰਕਾਰ, ਇਹ ਸੁਧਾਰਕਾਰ ਨਹੀਂ ਹੈਗੇ, ਇਹ ਵਿਗਾੜਕਾਰ ਨੇ। ਜੇਲ੍ਹਾਂ ਦੇ ਵਿੱਚ ਫੋਨ ਮਿਲਦੇ ਆ, ਜੇਲ੍ਹਾਂ ਦੇ ਵਿੱਚ ਨਸ਼ਾ ਮਿਲਦਾ, ਜੇਲ੍ਹਾਂ ਕਾਹਦੀਆਂ? ਇਹ ਤਾਂ ਇੱਕ ਅਯਾਸ਼ੀ ਦੇ ਅੱਡੇ ਨੇ ਕਈਆਂ ਵਾਸਤੇ, ਕਈਆਂ ਵਾਸਤੇ ਇਹ ਆਤੰਕਵਾਦ ਦੇ ਅੱਡੇ ਨੇ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ। ਵੀਰ ਜੀ, ਮੈਨੂੰ ਪਤਾ ਹੈ ਵੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ, ਉਹ ਕਿਸ ਹਾਲਾਤ ਦੇ ਵਿੱਚ ਨੇ ਮੈਂ ਸਮਝ ਸਕਦਾ, ਹੋਰ ਕੋਈ ਨਹੀਂ ਸਮਝ ਸਕਦਾ, ਨਾ ਹੀ ਕਿਸੇ ਨੇ ਮੇਰੀ ਗੱਲ ਦਾ ਯਕੀਨ ਕਰਨਾ। ਪਰ ਮੈਂ ਇਹ ਕਹਿ ਦੇਣਾ ਚਾਹੁੰਦਾ ਅੱਜ ਇਸ ਵੀਡੀਓ ਦੇ ਥਰੂ ਵੀ ਜੇ ਮੇਰੇ ਫਾਦਰ ਸਾਹਿਬ ਨਾਲ ਕੋਈ ਵੀ ਵਾਧਾ ਘਾਟਾ ਹੋ ਜਾਂਦਾ, ਉਹਦੀ ਜੇਲ੍ਹ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ, ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਇਹ ਜ਼ਿੰਮੇਵਾਰ ਹੋਣਗੇ।